ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪੰਜਾਬ ਦੇ ਪਿੰਡ ਖਟਕੜ ਕਲਾਂ ਵਿਖੇ ਹੋਇਆ ਸੀ। ਭਗਤ ਸਿੰਘ ਦੇ ਪਿਤਾ ਦਾ ਨਾਂ ਸਰਦਾਰ ਕਿਸ਼ਨ ਸਿੰਘ ਅਤੇ ਦਾਦਾ ਚਾਚਾ ਅਜੀਤ ਸਿੰਘ ਦਾ ਪੂਰਾ ਪ੍ਰਭਾਵ ਉਹਨਾਂ 'ਤੇ ਸੀ ਜੋ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਪਾ ਰਹੇ ਸਨ। ਆਜ਼ਾਦੀ ਲਈ ਲੜਨਾ ਤਾਂ ਭਗਤ ਸਿੰਘ ਦੇ ਖੂਨ ਦੇ ਵਿੱਚ ਹੀ ਸੀ। ਇਸੇ ਸਦਕਾ ਭਗਤ ਸਿੰਘ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਜੋ ਦੇਸ਼ ਲਈ ਕਰ ਦਿਖਾਇਆ ਉਹ ਸ਼ਬਦਾਂ ਵਿੱਚ ਬਿਆਨ ਕਰਨਾ ਸੰਭਵ ਨਹੀਂ ਹੈ। ਭਗਤ ਸਿੰਘ ਦੀ ਜਵਾਨੀ ਅਜਿਹੇ ਸਮੇਂ ਵਿੱਚ ਉੱਭਰਦੀ ਜਦੋਂ ਦੇਸ਼ ਪੂਰਨ ਤੌਰ 'ਤੇ ਗੁਲਾਮੀ ਅਤੇ ਹੋਰ ਗੰਭੀਰ ਸਮੱਸਿਆ ਵਿੱਚ ਉਲਝਿਆ ਹੋਇਆ ਸੀ। ਲੋਕ ਆਪਣੀ ਗੁਲਾਮੀ ਤੋਂ ਪੀੜਿਤ ਸਨ ਅਤੇ ਸਾਰੀ ਦੁਨੀਆ ਰੂਸ ਦੀ ਵੱਧਦੀ ਹੋਈ ਸ਼ਕਤੀ ਤੋਂ ਪ੍ਰਭਾਵਿਤ ਸੀ। ਭਗਤ ਸਿੰਘ ਵੀ ਕਾਰਲ ਮਾਰਕਸ ਦੇ ਵਿਚਾਰਾਂ 'ਤੇ 1917 ਦੀ ਰੂਸੀ ਕ੍ਰਾਂਤੀ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਇਸ ਸਮੇਂ ਭਾਰਤ ਵਿੱਚ ਕਾਫ਼ੀ ਅੰਦੋਲਨ ਅਤੇ ਲਹਿਰਾਂ ਚੱਲ ਰਹੀਆਂ ਸਨ, ਜਿਵੇਂ ਗਦਰ ਪਾਰਟੀ ਅਤੇ ਕ੍ਰਾਂਤੀਕਾਰੀ ਅਤੇ ਮਹਾਤਮਾ ਗਾਂਧੀ ਦੇ ਅਸਹਿਯੋਗ ਅੰਦੋਲਨ, ਜਿਨ੍ਹਾਂ ਵਿੱਚੋਂ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਸਨ। ਇਸ ਸਮੇਂ ਆਜ਼ਾਦੀ ਘੁਲਾਟੀਏ ਅਤੇ ਹੋਰ ਜਵਾਨ ਬਰਤਾਨੀਆ ਦੀ ਡੀਸੀ ਦੀ ਸਰਕਾਰ ਨੂੰ ਚੁਣੌਤੀ ਦੇਣ ਦੀ ਤਿਆਰੀ ਵਿੱਚ ਸਨ, ਪਰ ਬਰਤਾਨੀਆ ਸਰਕਾਰ ਦੀਆਂ ਨੀਤੀਆਂ ਕਾਰਨ ਹਜ਼ਾਰਾਂ ਹੀ ਦੁਖਦਾਈ ਘਟਨਾ ਵਾਪਰ ਰਹੀਆਂ, ਜਿਵੇਂ ਜਲਿਆਂਵਾਲਾ ਬਾਗ ਕਾਂਡ, ਰੌਲ ਟੈਕਟ ਵਿਰੁੱਧ ਅੰਦੋਲਨ ਆਦਿ, ਪਰ ਆਜ਼ਾਦੀ ਅਜੇ ਦੂਰ ਹੀ ਨਜ਼ਰ ਆ ਰਹੀ ਸੀ। ਇਹਨਾਂ ਹਾਲਾਤਾਂ ਨੂੰ ਦੇਖ ਕੇ ਭਗਤ ਸਿੰਘ 1925 ਦੇ ਵਿੱਚ ਕਾਨਪੁਰ ਤੋਂ ਵਾਪਸ ਪੰਜਾਬ ਆ ਗਿਆ ਅਤੇ ਲਾਹੌਰ ਵਿੱਚ ਕਿਰਤੀ ਕਿਸਾਨ ਪਾਰਟੀ ਦੇ ਨਾਲ ਜਾ ਮਿਲਿਆ। ਇਸ ਤੋਂ ਬਾਅਦ ਉਹਨਾਂ ਨੇ ਨੌਜਵਾਨ ਭਾਰਤ ਸਭਾ ਸੰਸਥਾ ਨਿਰਮਾਣ ਕੀਤਾ, ਜਿਸ ਦੁਆਰਾ ਲੋਕਾਂ ਨੂੰ ਕਾਫ਼ੀ ਤਰ੍ਹਾਂ ਦੀ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਗਿਆ, ਸਵੈਦੇਸ਼ੀ ਚੀਜ਼ਾਂ ਦੀ ਵਰਤੋਂ ਲਈ ਕਿਹਾ ਗਿਆ, ਭਾਈਚਾਰਾ ਦੇਸ਼ ਭਗਤੀ ਦੀ ਭਾਵਨਾ ਕਿਸਾਨਾਂ ਨੂੰ ਸੰਗਠਿਤ ਕਰਨਾ, ਗਣਤੰਤਰ ਦੀ ਸਥਾਪਨਾ ਲਈ ਸਾਥ ਦੇਣ ਅਤੇ ਅਜਿਹੇ ਹੀ ਹੋਰ ਉਦੇਸ਼ਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ। 1927 ਵਿੱਚ ਬੰਬ ਘਟਨਾ ਨਾਲ ਵੀ ਭਗਤ ਸਿੰਘ ਦਾ ਨਾਂ ਜੋੜਿਆ ਗਿਆ, ਜਿਸ ਵਿੱਚ ਭਗਤ ਸਿੰਘ ਦਾ ਦੋਸ਼ ਸਿੱਧ ਨਹੀਂ ਹੋ ਸਕਿਆ। 1928 ਵਿੱਚ ਸਾਈਮਨ ਕਮਿਸ਼ਨ ਭਾਰਤ ਆਇਆ ਤਾਂ ਭਾਰਤ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਅਤੇ ਜਦੋਂ ਅਕਤੂਬਰ 1928 ਵਿੱਚ ਸਾਈਮਨ ਕਮਿਸ਼ਨ ਲਾਹੌਰ ਪਹੁੰਚਿਆ ਤਾਂ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਵਿਸ਼ਾਲ ਪ੍ਰਦਰਸ਼ਨ ਕੀਤਾ ਗਿਆ। ਪੁਲਿਸ ਵੱਲੋਂ ਜਲੂਸ ਵਿੱਚ ਸ਼ਾਮਿਲ ਲੋਕਾਂ 'ਤੇ ਲਾਠੀ ਚਾਰਜ ਕੀਤਾ ਗਿਆ, ਜਿਸ ਕਾਰਨ ਭਗਤ ਸਿੰਘ ਦੇ ਵਿੱਚ ਬਦਲੇ ਦੀ ਭਾਵਨਾ ਜਾਗ ਉੱਠੀ। 23 ਮਾਰਚ 1931 ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਤਿੰਨਾਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ। ਤਿੰਨਾਂ ਹੀ ਭਾਰਤ ਮਾਂ ਦੇ ਸੂਰਮਿਆਂ ਨੇ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦੇ ਰੱਸੇ ਨੂੰ ਬਿਨਾਂ ਡਰ ਤੋਂ ਚੁੰਮਿਆ ਅਤੇ ਦੇਸ਼ ਲਈ ਇੱਕ ਵੱਡਾ ਬਲੀਦਾਨ ਦਿੱਤਾ। ਭਗਤ ਸਿੰਘ ਦੇ ਇਸ ਜਨਮ ਦਿਵਸ 'ਤੇ ਸਾਨੂੰ ਨੌਜਵਾਨਾਂ ਨੂੰ ਚਾਹੀਦਾ ਕਿ ਅਸੀਂ ਵੀ ਕੁਝ ਕਰਕੇ ਦਿਖਾਈਏ। ਭਗਤ ਸਿੰਘ ਨੇ ਜੋ ਭਾਰਤ ਲਈ ਸੁਪਨਾ ਦੇਖਿਆ ਸੀ, ਉਹੀ ਦੇਸ਼ ਅਸੀਂ ਸਿਰ ਚੁੱਕੇ ਦਿਖਾਈਏ। ਅਜੀਤ ਵੈਬ ਟੀਵੀ ਦੀ ਪੂਰੀ ਟੀਮ ਵੱਲੋਂ ਭਗਤ ਸਿੰਘ ਦੇ ਜਨਮ ਦਿਵਸ 'ਤੇ ਉਹਨਾਂ ਨੂੰ ਸ਼ਰਧਾਂਜਲੀ।